सारे जग विच वसण वाले पंजाबियों नूं मेरे वालों प्यार भरिया सलाम आदाब ते निघा जिहा सति श्री अकाल। पंजाबी कल ते अज विच तुहाडा स्वागत है। पंजाबी कल ते अज दे परागे विच शामिल है ਉਹ ਕੌਣ ਸੀ ਜੋ ਪੰਜਾਬ ਦਾ ਅਤੇ ਪਾਕਿਸਤਾਨ ਦਾ ਪਹਿਲਾ ਵੱਡਾ ਇੰਡਸਟਰੀਅਲਿਸਟ ਬਣ ਗਿਆ, ਜੋ ਦੋ ਵਾਰ ਉਜੜਿਆ। ਇੱਕ ਵਾਰ ਬ੍ਰਿਟਿਸ਼ ਸਰਕਾਰ ਨੇ ਉਹਦੇ ਤੋਂ ਸਭ ਕੁਝ ਖੋ ਲਿਆ ਅਤੇ ਦੂਜੀ ਵਾਰ ਉਹਦੇ ਮੁਲਕ ਦੇ ਹੁਕਮਰਾਨਾਂ ਨੇ ਉਸ ਤੋਂ ਸਭ ਕੁਝ ਖੋਇਆ, ਜੋ ਪੰਜਾਬ ਨੂੰ ਇੱਕ ਇੰਡਸਟਰੀਅਲ ਇਨਕਲਾਬ ਵੱਲ ਲੈ ਕੇ ਜਾ ਸਕਦਾ ਸੀ, ਪਰ ਉਸ ਤੋਂ ਉਸ ਦੇ ਖਾਬ ਖੋ ਲਏ ਗਏ। ਉਹ ਕੌਣ ਸੀ ਜਿਹਨੇ ਆਪਣੀ ਆਖਰੀ ਜ਼ਿੰਦਗੀ ਜਰਮਨੀ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਗੁਜ਼ਾਰ ਦਿੱਤੀ? ਇੱਕ ਅਜ਼ੀਮ ਸੋਚ ਰੱਖਣ ਵਾਲਾ ਪੰਜਾਬੀ ਅੰਗਰੇਜ਼ ਰਾਜ ਵਿੱਚ ਇੱਕ ਨਿੱਕੇ ਜਿਹੇ ਕੰਮ ਤੋਂ ਇੱਕ ਵੱਡਾ ਇੰਡਸਟਰੀਅਲਿਸਟ ਕਿਵੇਂ ਬਣ ਗਿਆ? ਇਹ ਸਭ ਕੁਝ ਅਤੇ ਹੋਰ ਬਹੁਤ ਕੁਝ ਜਾਣਨ ਲਈ ਮੇਰੇ ਨਾਲ ਜੁੜੇ ਰਹੋ। ਅੰਗਰੇਜ਼ਾਂ ਦੇ ਰਾਜ ਤੋਂ ਪਹਿਲਾਂ ਇੰਡੀਆ ਆਪਣੀ ਕਾਟਨ, ਸਿਲਕ, ਵੂਲ ਦੇ ਵਪਾਰ ਲਈ ਬੜਾ ਮਸ਼ਹੂਰ ਸੀ। ਇਸ ਤੋਂ ਵੱਡ ਗਹਿਣੇ, ਲੱਕੜ ਦੇ ਕੰਮ, ਪੱਥਰ, ਮਾਰਬਲ ਦੀਆਂ ਸ਼ੈਵਾਂ ਨੂੰ ਪੂਰੀ ਦੁਨੀਆ ਵਿੱਚ ਪਸੰਦ ਕੀਤਾ ਜਾਂਦਾ ਸੀ। ਇੰਡੀਆ ਦੀਆਂ ਇਹ ਸਭ ਸ਼ੈਵਾਂ ਚੰਗੇ ਭਾਅ 'ਤੇ ਦੁਨੀਆ ਮੁੱਲ ਲੈਂਦੀ ਸੀ। ਇਸ ਲਈ ਇੰਡੀਆ ਕੋਲ ਦੌਲਤ ਇਕੱਠੀ ਹੋਈ ਸੀ। ਅੰਗਰੇਜ਼ ਸਰਕਾਰ ਨੇ ਦੋ ਕਾਨੂੰਨਾਂ ਰਾਹੀਂ 18ਵੀਂ ਸਦੀ ਦੇ ਸ਼ੁਰੂ ਵਿੱਚ ਇੰਡੀਆ ਦੀਆਂ ਸ਼ੈਵਾਂ ਦੀ ਇੰਪੋਰਟ ਉੱਤੇ ਭਾਰੀ ਟੈਕਸ ਲਾਗੂ ਕਰ ਦਿੱਤਾ। ਚੰਗੇ ਪਲਾਸੀ ਮਗਰੋਂ ਅੰਗਰੇਜ਼ਾਂ ਇੰਡੀਆ ਆਪਣੇ ਪੈਰ ਜਮਾਣੇ ਸ਼ੁਰੂ ਕਰ ਦਿੱਤੇ। 1850 ਮਗਰੋਂ ਇੰਡੀਆ ਵਿੱਚ ਇੰਡਸਟਰੀਅਲ ਦੌਰ ਆਉਂਦਾ ਹੈ। ਜੂਟ, ਕਾਟਨ ਤੇ ਸਿਲਕ ਦੀ ਇੰਡਸਟਰੀ ਲਗਾਈ ਜਾਂਦੀ ਹੈ। ਗੋਰਿਆਂ ਲੋਹੇ ਤੇ ਸਟੀਲ ਦੀ ਇੰਡਸਟਰੀ ਲਗਾਉਣ ਦਾ ਫੈਸਲਾ ਕੀਤਾ ਤੇ 1907 ਵਿੱਚ ਲੋਹੇ ਤੇ ਸਟੀਲ ਦੀ ਇੰਡਸਟਰੀ ਖੜੀ ਕਰ ਦਿੱਤੀ ਗਈ। 1907 ਹੀ ਉਹ ਸਾਲ ਸੀ ਜਦੋਂ ਪੰਜਾਬ ਦੀ ਇੱਕ ਤਹਿਸੀਲ ਬਟਾਲਾ ਵਿੱਚ ਮੁਹੰਮਦ ਲਤੀਫ ਨਾਂ ਦਾ ਇੱਕ ਬੱਚਾ ਜੰਮਿਆ, ਜੋ ਬਾਅਦ ਵਿੱਚ ਚੌਧਰੀ ਮੁਹੰਮਦ ਲਤੀਫ ਅਤੇ ਫਿਰ ਸੀਐਮ ਲਤੀਫ ਦੇ ਨਾਂ ਤੋਂ ਮਸ਼ਹੂਰ ਹੋ ਗਿਆ। ਸੀਐਮ ਲਤੀਫ ਦੀ ਜਨਮ ਭੋਏ ਬਟਾਲਾ ਸੀ, ਇਸ ਲਈ ਬਟਾਲਾ ਨਾਲ ਉਸਨੂੰ ਪਿਆਰ ਸੀ। 1930 ਵਿੱਚ ਸੀਐਮ ਲਤੀਫ ਨੇ ਮਕੈਨੀਕਲ ਇੰਜੀਨੀਅਰਿੰਗ ਪਾਸ ਕਰ ਲਈ। ਸੀਐਮ ਲਤੀਫ ਦੇ ਪਿਓ ਮਹਿਰ ਮਿਰਾਨ ਬਖਸ਼ ਨੂੰ ਬੜਾ ਸ਼ੌਕ ਸੀ ਕਿ ਉਸ ਦੀ ਔਲਾਦ ਵਿੱਚੋਂ ਕੋਈ ਪੜ੍ਹੇ ਲਿਖੇ। ਮਹਿਰ ਮਿਰਾਨ ਬਖਸ਼ ਆਪਣੇ ਪੁੱਤਰ ਸੀਐਮ ਲਤੀਫ ਦੀਆਂ ਕਾਮਯਾਬੀਆਂ ਨੂੰ ਵੇਖ ਤਾਂ ਨਾ ਸਕਿਆ, ਪਰ ਉਸ ਦੇ ਪੁੱਤਰ ਸੀਐਮ ਲਤੀਫ ਨੇ ਆਪਣੇ ਪਿਓ ਦੇ ਖਾਬਾਂ ਨੂੰ ਜ਼ਰੂਰ ਪੂਰਾ ਕੀਤਾ। 1932 ਵਿੱਚ ਸੀਐਮ ਲਤੀਫ ਦੇ ਦਿਮਾਗ ਵਿੱਚ ਇੱਕ ਆਈਡੀਆ ਆਇਆ ਕਿ ਉਹ ਸਟੀਲ ਅਤੇ ਲੋਹੇ ਦੀ ਇੱਕ ਕੰਪਨੀ ਬਣਾਵੇ। ਉਸ ਵੇਲੇ ਉਸ ਦੀ ਉਮਰ ਸਿਰਫ 25 ਸਾਲ ਸੀ। ਇੰਜ ਸੀਐਮ ਲਤੀਫ ਨੇ ਬਟਾਲਾ ਇੰਜੀਨੀਅਰਿੰਗ ਕੰਪਨੀ ਦੀ ਨੀਂਹ ਰੱਖੀ। ਇਹ ਉਹੀ ਕੰਪਨੀ ਸੀ ਜੋ ਅੱਗੇ ਚੱਲ ਕੇ ਪੰਜਾਬ ਦੀ ਸਭ ਤੋਂ ਵੱਡੀ ਕੰਪਨੀ ਬਣਨ ਵਾਲੀ ਸੀ। ਇਹ ਕੰਪਨੀ ਬੀਕੋ ਦੇ ਨਾਂ ਨਾਲ ਮਸ਼ਹੂਰ ਹੋਈ। ਬਟਾਲਾ ਵਿੱਚ ਕਿਸੇ ਪੰਜਾਬੀ ਮੁਸਲਮਾਨ ਦੀ ਇਹ ਪਹਿਲੀ ਇੰਡਸਟਰੀ ਸੀ, ਜਿਸ ਵਿੱਚ ਬੀਕੋ ਦੇ ਇੰਜੀਨੀਅਰਸ, ਵਰਕਰਸ, ਮਜ਼ਦੂਰ ਅਤੇ ਦੂਜੇ ਪਿੰਡ ਵਾਲੇ ਕੰਮ ਕਰਦੇ ਸੀ। 1947 ਵਿੱਚ ਬਟਾਲਾ ਰੈੱਡ ਕਲਿਫ ਦੀ ਖਿੱਚੀ ਲਕੀਰ ਪਾਰੋਂ ਇੰਡੀਆ ਵੱਲ ਚਲਾ ਗਿਆ। ਬਟਾਲਾ ਦੇ ਮੁਸਲਮਾਨਾਂ ਲਈ ਪੰਜਾਬ ਦੀ ਇਹ ਵੰਡ ਉਜਾੜਾ ਲੈ ਕੇ ਆਈ। ਸੀਐਮ ਲਤੀਫ ਅੱਗ ਦੇ ਇਸ ਦਰਿਆ ਨੂੰ ਪਾਰ ਕਰਕੇ ਆਪਣੇ ਵਰਕਰਸ ਅਤੇ ਕੁਝ ਇੰਜੀਨੀਅਰਸ ਨੂੰ ਲੈ ਕੇ ਲਾਹੌਰ ਵੱਲ ਆ ਗਏ। ਲਾਹੌਰ ਆ ਕੇ ਸੀਐਮ ਲਤੀਫ ਬੜੇ ਸਖਤ ਬਿਮਾਰ ਹੋ ਗਏ, ਕਿਉਂਕਿ ਉਹ ਆਪਣਾ ਸਭ ਕੁਝ ਬਟਾਲਾ ਛੱਡ ਆਏ ਸੀ। ਆਪਣੀ ਮਿੱਲ, ਮਸ਼ੀਨਰੀ ਸਭ ਕੁਝ ਬਟਾਲਾ ਰਹਿ ਗਿਆ ਸੀ। ਪਰ ਇਸ ਦੇ ਬਾਵਜੂਦ ਸੀਐਮ ਲਤੀਫ ਨੇ ਹਿੰਮਤ ਨਹੀਂ ਸੀ ਹਾਰੀ। ਉਹ ਅਗਲੇ ਦਿਨ ਮਾਲ ਰੋਡ ਲਾਹੌਰ 'ਤੇ ਮੌਜੂਦ ਭਾਰਤ ਬੈਂਕ ਦੀ ਬ੍ਰਾਂਚ ਵਿੱਚ ਦਾਖਲ ਹੋਇਆ। ਉਸ ਬੈਂਕ ਦੀ ਬਟਾਲੇ ਵਿੱਚ ਮੌਜੂਦ ਬ੍ਰਾਂਚ ਵਿੱਚ ਸੀਐਮ ਲਤੀਫ ਦਾ ਬੈਂਕ ਅਕਾਊਂਟ ਸੀ, ਪਰ ਉਸ ਵੇਲੇ ਬੈਂਕ ਦਾ ਸਟਾਫ ਸਾਰਾ ਸਮਾਨ ਲੱਦ ਕੇ ਦਿੱਲੀ ਜਾ ਰਿਹਾ ਸੀ। ਬੈਂਕ ਦਾ ਮੈਨੇਜਰ ਉਸ ਵੇਲੇ ਸੀਐਮ ਲਤੀਫ ਨੂੰ ਸਿਰਫ 20,000 ਰੁਪਏ ਦਾ ਚੈੱਕ ਹੀ ਦੇ ਸਕਿਆ ਤੇ ਚੈੱਕ ਵੀ ਕਰਾਚੀ ਦੇ ਗ੍ਰੈਂਡਲੇ ਬੈਂਕ ਵਿੱਚੋਂ ਕੈਸ਼ ਹੋਣਾ ਸੀ। ਸੀਐਮ ਲਤੀਫ ਨੇ ਆਪਣੇ ਭਰਾ ਸਦੀਕ ਨੂੰ ਕਰਾਚੀ ਵੱਲ ਭੇਜ ਦਿੱਤਾ। ਕੁਝ ਚਿਰ ਮਗਰੋਂ ਲਾਹੌਰ ਬਦਾਮੀ ਬਾਗ ਵਿੱਚ ਮੁਕੰਦ ਆਇਰਨ ਵਰਕਸ ਦਾ ਏਰੀਆ ਸੀਐਮ ਲਤੀਫ ਨੂੰ ਅਲਾਟ ਕਰ ਦਿੱਤਾ ਗਿਆ। ਇਹ ਜਗ੍ਹਾ ਰਾਵੀ ਦੇ ਨੇੜੇ ਸੀ ਅਤੇ ਕੁਝ ਨੀਵੀਂ ਵੀ ਸੀ।
ਇਸ ਲਈ ਜਦੋਂ ਵੀ ਹੜ੍ਹ ਆਉਂਦੇ ਤਾਂ ਇਹ ਇਲਾਕਾ ਪਾਣੀ ਵਿੱਚ ਡੁੱਬ ਜਾਂਦਾ। ਪਰ ਸੀਐਮ ਲਤੀਫ ਦੇ ਇਰਾਦੇ ਬੜੇ ਉੱਚੇ ਸਨ। ਉਹਨਾਂ ਇੱਥੋਂ ਇੱਕ ਵਾਰ ਫੇਰ ਕੰਮ ਸ਼ੁਰੂ ਕਰ ਦਿੱਤਾ। ਪੁਰਾਣੇ ਰੇਲਵੇ ਸਲੀਪਰਸ ਅਤੇ ਲੋਹੇ ਦੀ ਪਹਿਲੀ ਵੈਗਨ ਜੋ ਸੀਐਮ ਲਤੀਫ ਨੇ ਮੁੱਲ ਲਈ, ਉਸ ਦਾ ਵਜ਼ਨ 20 ਟਨ ਸੀ, ਜਦਕਿ 1 ਟਨ ਦੀ ਲਾਗਤ 20 ਤੋਂ 22 ਰੁਪਏ ਸੀ। ਸੀਐਮ ਲਤੀਫ ਦੀ ਦਿਨ ਰਾਤ ਮਿਹਨਤ ਕਿਰਤ ਮਗਰੋਂ 1950 ਦੇ ਧਾਕੇ ਵਿੱਚ ਹੀ ਬਦਾਮੀ ਬਾਗ ਵਿੱਚ ਬਟਾਲਾ ਇੰਜੀਨੀਅਰਿੰਗ ਕੰਪਨੀ ਛੇਤੀ ਨਾਲ ਤਰੱਕੀ ਕਰਨ ਲੱਗ ਪਈ। ਲਾਹੌਰ ਤੋਂ ਬਟਾਲਾ 53 ਕਿਲੋਮੀਟਰ ਦੂਰ ਹੈ, ਪਰ ਸੀਐਮ ਲਤੀਫ ਦੇ ਦਿਲ ਵਿੱਚ ਬਟਾਲਾ ਵਸਦਾ ਸੀ। ਇਸ ਲਈ ਲਾਹੌਰ ਆ ਕੇ ਵੀ ਉਹਨਾਂ ਆਪਣੀ ਕੰਪਨੀ ਦਾ ਨਾਂ ਬਟਾਲਾ ਦੇ ਨਾਂ ਤੋਂ ਰੱਖਿਆ। ਬਟਾਲਾ ਅੱਜ ਵੀ ਜੇ ਲੋਹੇ ਦੀ ਇੰਡਸਟਰੀ ਪਾਰੋਂ ਮਸ਼ਹੂਰ ਹੈ, ਅਤੇ ਇਸ ਦੇ ਪਿੱਛੇ ਸੀਐਮ ਲਤੀਫ ਦੀ ਕਹਾਣੀ ਲੁਕੀ ਹੋਈ ਹੈ। ਸੀਐਮ ਲਤੀਫ ਨੇ ਪਾਕਿਸਤਾਨ ਦੇ ਪੰਜਾਬ ਦੇ ਦਿਲ ਲਾਹੌਰ ਵਿੱਚ ਇੱਕ ਵਾਰ ਫੇਰ ਬੀਕੋ ਨੂੰ ਮੁਲਕ ਦੀ ਸਭ ਤੋਂ ਵੱਡੀ ਇੰਡਸਟਰੀ ਬਣਾ ਦਿੱਤਾ। ਬੀਕੋ ਵਿੱਚ ਸਾਈਕਲ, ਪੁਰਜ਼ੇ, ਡੀਜ਼ਲ ਇੰਜਨ, ਇੱਥੋਂ ਤੱਕ ਕਿ ਜਹਾਜ਼ ਦੇ ਪੁਰਜ਼ੇ ਵੀ ਬਣਨ ਲੱਗ ਪਏ। ਬੀਕੋ ਗਰੁੱਪ ਯੂਰਪ, ਚੀਨ ਅਤੇ ਜਾਪਾਨ ਵਿੱਚ ਆਪਣਾ ਮਾਲ ਭੇਜ ਰਿਹਾ ਸੀ। ਉਸ ਵੇਲੇ ਚੀਨ ਦੀ ਹਕੂਮਤ ਨੇ ਬੀਕੋ ਦੇ ਮਾਡਲ 'ਤੇ ਕਈ ਫੈਕਟਰੀਆਂ ਸ਼ੁਰੂ ਕੀਤੀਆਂ। ਜਾਪਾਨ ਅਤੇ ਚੀਨ ਦੀਆਂ ਸਰਕਾਰਾਂ ਆਪਣੇ ਇੰਜੀਨੀਅਰਸ ਨੂੰ ਬੀਕੋ ਵਿੱਚ ਟ੍ਰੇਨਿੰਗ ਲਈ ਘੱਲਦੀਆਂ ਸਨ। ਅੱਜ ਦੀ ਇਕਨੋਮਿਕ ਪਾਵਰ ਚੀਨ ਉਸ ਵੇਲੇ ਸੀਐਮ ਲਤੀਫ ਦੇ ਬਣਾਏ ਮਾਡਲ ਤੋਂ ਮੁਤਾਸਰ ਸੀ। 1932 ਵਿੱਚ ਸੀਐਮ ਲਤੀਫ ਨੇ ਜਿਹੜਾ ਕੰਮ ਸ਼ੁਰੂ ਕੀਤਾ ਸੀ, 1947 ਵਿੱਚ ਉਹ ਖਤਮ ਹੋ ਗਿਆ। ਸੀਐਮ ਲਤੀਫ ਲੁੱਟ ਗਏ ਕਿਉਂਕਿ ਉਹਨਾਂ ਪਾਕਿਸਤਾਨ ਵੱਲ ਹਿਜਰਤ ਕਰ ਲਈ। ਪਾਕਿਸਤਾਨ ਆ ਕੇ ਵੀ ਸੀਐਮ ਲਤੀਫ ਨੇ ਗਾਰਾ ਮਿੱਟੀ ਇਕੱਠਾ ਕਰਕੇ ਫਿਰ ਤੋਂ ਇੱਕ ਇੰਡਸਟਰੀਅਲ ਸਟੇਟ ਬਣਾ ਦਿੱਤੀ। ਪਰ 1972 ਵਿੱਚ ਉਸ ਵੇਲੇ ਦੇ ਪਾਕਿਸਤਾਨੀ ਵਜ਼ੀਰ ਆਜ਼ਮ ਜ਼ੁਲਫਕਾਰ ਅਲੀ ਭੁੱਟੋ ਨੇ 31 ਵੱਡੀਆਂ ਇੰਡਸਟਰੀਆਂ ਸਰਕਾਰੀ ਕਬਜ਼ੇ ਵਿੱਚ ਲੈ ਲਈਆਂ। ਉਹਨਾਂ ਵਿੱਚ ਸੀਐਮ ਲਤੀਫ ਦੀ ਬੀਕੋ ਵੀ ਸ਼ਾਮਲ ਸੀ। ਸਰਕਾਰ ਨੇ ਬਟਾਲਾ ਇੰਜੀਨੀਅਰਿੰਗ ਕੰਪਨੀ ਨੂੰ ਪਾਕਿਸਤਾਨ ਇੰਜੀਨੀਅਰਿੰਗ ਕੰਪਨੀ ਦਾ ਨਾਂ ਦੇ ਦਿੱਤਾ। ਬੀਕੋ ਹੁਣ ਪੀਕੋ ਬਣ ਗਈ ਸੀ। ਪਰ ਸੀਐਮ ਲਤੀਫ ਦੇ ਖਾਬ ਟੁੱਟ ਗਏ, ਉਹ ਹੌਸਲਾ ਹਾਰ ਗਏ। ਸੀਐਮ ਲਤੀਫ ਪੰਜਾਬ ਨੂੰ ਇੱਕ ਇੰਡਸਟਰੀਅਲ ਇਨਕਲਾਬ ਵੱਲ ਲੈ ਕੇ ਜਾਣਾ ਚਾਹੁੰਦੇ ਸੀ। ਜਦੋਂ ਬੀਕੋ ਕੰਪਨੀ ਨੂੰ ਨੈਸ਼ਨਲਾਈਜ਼ ਕੀਤਾ ਗਿਆ, ਉਸ ਵੇਲੇ ਇਸ ਕੰਪਨੀ ਵਿੱਚ ਤਕਰੀਬਨ 6000 ਮਜ਼ਦੂਰ ਕੰਮ ਕਰਦੇ ਸੀ। ਸੀਐਮ ਲਤੀਫ ਨੇ ਲੱਖਾਂ ਰੁਪਇਆ ਪਾਕਿਸਤਾਨੀ ਸਰਕਾਰ ਨੂੰ ਡੋਨੇਟ ਕੀਤਾ ਸੀ ਕਿ ਸਰਕਾਰ ਨਵੀਆਂ ਫੈਕਟਰੀਆਂ ਲਗਾ ਸਕੇ। ਦੁਨੀਆ ਵਿੱਚ ਸੀਐਮ ਲਤੀਫ ਨੂੰ ਇੱਕ ਵਿਜ਼ਨਰੀ ਬਿਜ਼ਨਸਮੈਨ ਵਜੋਂ ਜਾਣਿਆ ਜਾਂਦਾ ਸੀ। ਸੀਐਮ ਲਤੀਫ ਕਹਿੰਦੇ ਸਨ ਕਿ ਉਹ ਪੈਸਾ ਕਮਾਉਣ ਨਹੀਂ ਸਗੋਂ ਪੈਸਾ ਬਣਾਉਣ 'ਤੇ ਯਕੀਨ ਰੱਖਦੇ ਨੇ। ਕਿਉਂ ਜੇ ਲੋਕਾਂ ਨੂੰ ਕੰਮ ਦੇ ਕੇ ਤੁਸੀਂ ਪੈਸਾ ਬਣਾ ਸਕਦੇ ਹੋ ਅਤੇ ਆਪਣਾ ਕੰਮ ਵੀ ਵਧਾ ਸਕਦੇ ਹੋ। ਪੈਸਾ ਕਮਾਉਣਾ ਮੇਰੇ ਲਈ ਕੋਈ ਬਹੁਤਾ ਮਾਨੀ ਨਹੀਂ ਰੱਖਦਾ, ਸਗੋਂ ਮੁਲਕ ਦੀ ਦੌਲਤ ਵਿੱਚ ਵਾਧਾ ਕਰਨ ਲਈ ਬਿਜ਼ਨਸ ਕਰਨਾ ਚਾਹੀਦਾ ਹੈ। ਬੀਕੋ ਦੇ ਚੇਅਰਮੈਨ ਅਤੇ ਫਾਊਂਡਰ ਸੀਐਮ ਲਤੀਫ ਭੁੱਟੋ ਦੇ ਫੈਸਲੇ ਮਗਰੋਂ ਚੁੱਪ ਹੋ ਗਏ ਅਤੇ ਜਰਮਨੀ ਦੇ ਇੱਕ ਪਿੰਡ 'ਚ ਚਲੇ ਗਏ। ਸਰਕਾਰ ਬੀਕੋ ਨੂੰ ਚਲਾ ਨਾ ਸਕੀ ਅਤੇ 1998 ਵਿੱਚ ਬੀਕੋ ਕੰਪਨੀ ਦਾ ਖਸਾਰਾ 76,000 ਕਰੋੜ ਤੋਂ ਵੱਧ ਗਿਆ। ਅਖੀਰ ਸਰਕਾਰ ਨੂੰ ਬੀਕੋ ਕੰਪਨੀ ਨੂੰ ਬੰਦ ਕਰਨਾ ਪਿਆ। ਸੀਐਮ ਲਤੀਫ ਨੇ ਜਰਮਨੀ ਵਿੱਚ ਹੀ ਆਪਣਾ ਆਖਰੀ ਸਾਹ ਲਿਆ। ਉਹ ਇੱਕ ਨਸਲ ਉਸਾਰੂ ਅਤੇ ਕੌਮ ਉਸਾਰੂ ਇਨਸਾਨ ਸਨ, ਜਿਸ ਨੇ ਪੰਜਾਬ ਦੇ ਇੰਡਸਟਰੀਅਲ ਇਨਕਲਾਬ ਦਾ ਖਾਬ ਵੇਖਿਆ ਸੀ। ਜੇ ਬਟਾਲਾ ਦੇ ਨੌਜਵਾਨ ਦੇ ਇਸ ਖਾਬ ਨੂੰ ਖੋਹ ਨਾ ਲਿਆ ਜਾਂਦਾ ਤਾਂ ਸ਼ਾਇਦ ਅੱਜ ਲਾਹੌਰ ਦੇ ਅਤੇ ਪੰਜਾਬ ਦੇ ਨੌਜਵਾਨਾਂ ਲਈ ਤਰੱਕੀ ਦੀਆਂ ਕਈ ਰਾਹਾਂ ਖੁੱਲ੍ਹੀਆਂ ਹੁੰਦੀਆਂ। ਪੰਜਾਬ ਦੇ ਪਹਿਲੇ ਅਤੇ ਵੱਡੇ ਇੰਡਸਟਰੀਅਲਿਸਟ ਦੀ ਕਹਾਣੀ ਅੱਜ ਤੁਹਾਨੂੰ ਕੈਸੀ ਲੱਗੀ? ਆਪਣਾ ਫੀਡਬੈਕ ਜ਼ਰੂਰ ਦੇਣਾ। ਆਗਿਆ ਦਿਓ, ਹੱਸਦੇ ਵਸਦੇ ਰਹੋ, ਰੱਬ ਰਾਖਾ।